साथियों आपां पहली वीडियो दे विच इंग्लिश दी जिहड़ी ग्रामर कर रहे हैं उहदे विच आपां गल कीती वॉवल्स दी ते उहनां दे उच्चारण बारे। हुण आपां गल करांगे कंसोनेंट्स। कंसोनेंट्स मतलब व्यंजन। इस वीडियो विच कंसोनेंट्स व्यंजन दे उच्चारण बारे गलबात कर। इस चैनल ते ग्रामर दी फुल जानकारी लई ते होर वीडियो जिवें जिंदे विच वख-वख तरह की नॉलेज जां जीके आदि दी जानकारी लई तुसी मेरे चैनल नू लाइक शेयर ते सबसक्राइब जरूर करो। कुल 26 अक्षरां विच्चों 23 व्यंजन हन ते 3 वावल हन। 23 व्यंजन दे विच्चों बी सी डी एफ जी एच जे के एल एम एन पी क्यू आर एस टी वी डबल्यू एक्स वाई ते जेड, जिस विच बी डी एफ एच जे के एल एम एन पी क्यू आर वी डबल्यू जेड, ये जिन्ने भी सारे व्यंजन आ इन्हों की सेम साउंड आ, जिमें बी दा बब्बा, डी दा डड्डा, एफ दा फफा, जे दा जज्जा, के दा कक्का, एम दा मम्मा, एल दा लल्ला, एन दा नन्ना, पी दा पप्पा, क्यू दा कक्का, आर दा रारा, वी दा वावा, डबल्यू दा वी वावा ते जेड दा जज्जा। बाकी सी जी एस टी एक्स अते वाई इन्हां दे वख-वख उचारण हन। इन्हां दे जिहड़ी जिवें सी दा सस्सा वी आ, कक्का वी आ, इसे तरह मैं तुहानूं वख-वख उचारण जिन्ने भी हैगे आ उन्हां दी पूरे विस्तार दे नाल अगे जानकारी दिंदा हाँ। सी सी बारे पहले गल करांगे। सी दी आवाज़ जिहड़ी कक्का दी किहड़े किहड़े अक्षर दे नाल आउंदी आ, जिवें ए के एल ओ आ ते यू। ए वर्ण आवे, इन्हां चों कोई भी वर्ण आवे तां जिहड़ी सी दी आवाज़ आ ਉਹ ਕੱਕੇ ਦੀ ਹੋ ਜਾਵੇਗੀ। ਜਿਵੇਂ ਏ ਨੰਬਰ 'ਤੇ ਕੇਅਰ, ਸੀ ਦੇ ਨਾਲ ਏ ਲੱਗੀ ਕੇਅਰ, ਧਿਆਨ ਰੱਖਣਾ, ਕਾਰ, ਕੈਟ, ਕੇਜ਼। ਇਸੇ ਤਰ੍ਹਾਂ ਹੁਣ ਓ ਦੇ ਨਾਲ ਆਰ ਓ ਸੀ ਕੇ, ਰੌਕ, ਰੌਕ ਪਿੰਜਰਾ, ਡੌਕ, ਲੌਕ, ਲੱਕ। ਇਸ ਤੋਂ ਬਾਅਦ ਸੀ ਨੰਬਰ 'ਤੇ ਐੱਲ ਨਾਲ ਕਲੌਕ, ਦੀਵਾਰ, ਘੜੀ, ਕਲਿੱਪ, ਕਲਾਸ, ਕਲੋਜ਼। ਡੀ ਨੰਬਰ 'ਤੇ ਫਿਰ ਆ ਗਿਆ ਓ ਦੇ ਨਾਲ ਕਲਰਸ, ਰੰਗ, ਕੁਐਨ, ਕੋਟ, ਕੋਲ। ਅੱਗੇ ਈ ਨੰਬਰ 'ਤੇ ਕਰੈਡਲ, ਆਰ ਦੇ ਨਾਲ ਮਤਲਬ ਕਰੈਡਲ, ਪਾਲਣਾ, ਕਰੋਪਸ, ਕਰੀਮ, ਕਰਾਈ, ਕਰੋਸ। ਇਸੇ ਤਰ੍ਹਾਂ ਅੱਗੇ ਐੱਫ ਨੰਬਰ 'ਤੇ ਯੂ ਦੇ ਨਾਲ ਕੱਠ, ਕੱਟਣਾ, ਕਰਸ, ਕਰਡ, ਕਸਟਮ, ਕਿਊਰ। ਇਹ ਸਾਰੇ ਜਿੰਨੇ ਵੀ ਜਿਵੇਂ ਆਰ ਅਤੇ ਯੂ, ਫਿਰ ਏ ਕੇ ਐੱਲ ਓ, ਇਹ ਸਾਰੇ ਦੇ ਨਾਲ ਜਦੋਂ ਸੀ ਆਊਗਾ ਤਾਂ ਆਵਾਜ਼ ਕੱਕੇ ਦੀ ਆਵੇਗੀ। ਅੱਗੇ 2 ਨੰਬਰ 'ਤੇ ਸੀ ਦੀ ਵਾਰ ਸੱਸੇ ਨਾਲ ਕਿਵੇਂ ਆਉਂਦੀ ਆ। ਸੀ ਨੂੰ ਸੱਸਾ ਬਣਾਉਣ ਵਾਲੇ ਅੱਖਰ ਹਨ ਈ, ਆਈ ਅਤੇ ਵਾਈ। ਜਿਵੇਂ ਏ ਨੰਬਰ 'ਤੇ ਈ ਲੱਗਾ ਸੀਲਿੰਗ, ਅੰਦਰ ਦੀ ਛੱਤ, ਸੀਮੈਂਟ, ਸੈੱਲ, ਸੀਜ਼। ਫਿਰ ਇਸ ਤੋਂ ਬਾਅਦ ਆ ਗਿਆ ਬੀ ਨੰਬਰ 'ਤੇ ਸਿਟੀ, ਸਿਟੀ ਸ਼ਹਿਰ ਆ ਗਿਆ। ਇੱਥੇ ਆਈ ਲੱਗੀ ਆ ਸਿਨੇਮਾ, ਸਿਗਾਰ, ਸਰਕਲ। ਅੱਗੇ ਆ ਗਿਆ ਈ ਨੰਬਰ 'ਤੇ ਸਾਈਕਲ, ਵਾਈ ਦੇ ਨਾਲ ਸਾਈਕਲ, ਚੱਕਰ, ਸਿਲੰਡਰ, ਕਲੀਨਿਕ, ਸਾਈਕਲੋਨ। ਅੱਗੇ 3 ਨੰਬਰ 'ਤੇ ਸੀ ਦੇ ਨਾਲ ਆਈ ਅਤੇ ਏ ਲੱਗਾ ਹੋਵੇ ਤਾਂ ਇਹਦੀ ਸੱਸੇ ਪੈਰ ਬਿੰਦੀ ਦੀ ਆਵਾਜ਼ ਆਉਂਦੀ ਸ਼ੱਸ਼ੇ ਦੀ, ਜਿਵੇਂ ਸੋਸ਼ਲ, ਸਮਾਜਿਕ, ਰੇਸ਼ੀਅਲ, ਫੇਸ਼ੀਅਲ ਅਤੇ ਮਜੀਸ਼ੀਅਲ। ਅੱਗੇ 4 ਨੰਬਰ 'ਤੇ ਕੱਕਾ, ਚੱਚਾ ਅਤੇ ਸੱਸੇ ਪੈਰ ਬਿੰਦੀ ਦੀ ਆਵਾਜ਼ ਉਦੋਂ ਆਉਂਦੀ ਹੈ ਜਦੋਂ ਐੱਚ ਲੱਗਾ ਹੋਵੇ। ਨੰਬਰ 1 'ਤੇ ਏ ਨੰਬਰ 'ਤੇ ਆ ਗਿਆ ਕਰੈਕਟਰ, ਚਰਿੱਤਰ, ਕਾਲਰਾ, ਹੈਜਾ। ਅੱਗੇ ਬੀ ਨੰਬਰ 'ਤੇ ਚੀਟ, ਧੋਖਾ ਦੇਣਾ, ਬੈਂਚ, ਬੈਂਚੀ ਮਤਲਬ। ਡੀ ਨੰਬਰ 'ਤੇ ਮਸ਼ੀਨ, ਮਸ਼ੀਨ, ਸ਼ੈਫ, ਰਸੋਈ ਆ। ਅੱਗੇ ਜੀ ਦੇ ਪ੍ਰਮੁੱਖ ਉਚਾਰਨ ਹਨ ਜੱਜਾ ਅਤੇ ਗੱਗਾ। ਨੰਬਰ 1 'ਤੇ ਜੀ ਦਾ ਜਿਹੜਾ ਜੱਜਾ, ਜੇ ਮਤਲਬ ਈ ਅਤੇ ਆਈ ਆਇਆ ਹੋਵੇ ਤਾਂ ਜਿਹੜਾ ਜੀ ਦੀ ਆਵਾਜ਼ ਆ ਉਹ ਜੱਜੇ ਦੀ ਆਵੇਗੀ। ਨੰਬਰ ਏ 'ਤੇ ਪੇਜ਼, ਪੰਨਾ, ਬੈਜ, ਕੇਜ਼। ਫਿਰ ਆਈ ਦੇ ਨਾਲ ਜਿੰਜਰ, ਅਦਰਕ, ਜਿਸਟ, ਜੈਂਟ, ਜਿਨ। ਇਸ ਤੋਂ ਬਾਅਦ ਆ ਗਿਆ ਅੱਗੇ ਜੀ ਦੀ ਆਵਾਜ਼ ਗੱਗਾ, ਇਸ ਦੀ ਜੀ ਦੀ ਮੇਨ ਆਵਾਜ਼ ਹੈ। ਜਿਵੇਂ ਏ ਨੰਬਰ 'ਤੇ ਜੀ ਦਾ ਗਾਡ, ਪਰਮਾਤਮਾ, ਗੇਟ, ਬਿੱਗ, ਗੁੱਡ। ਇਹ ਜਿੰਨੇ ਵੀ ਸਾਰੇ ਅੱਖਰ ਆ ਬਾਕੀ ਉਹਦੇ ਨਾਲ ਜੀ ਦੀ ਆਵਾਜ਼ ਗੱਗੇ ਦੀ ਆਵੇਗੀ। ਅੱਗੇ ਆ ਗਈ ਐੱਸ, ਐੱਸ ਦੀ ਆਵਾਜ਼ ਦੇ ਵਿੱਚ ਜੱਜੇ ਪਿਰ ਬਿੰਦੀ ਜ਼, ਸੱਸਾ ਅਤੇ ਸੱਸੇ ਪਿਰ ਬਿੰਦੀ ਸ਼। ਇਹ ਇਹਦੇ ਵਿੱਚ ਅੱਗੇ ਜਿਵੇਂ ਜੱਜੇ ਪਿਰ ਬਿੰਦੀ ਜ਼ ਦੀ ਗੱਲ ਕਰਦੇ ਹਾਂ, ਜੀ ਡਬਲ ਜੀ, ਜੀ ਈ, ਓ ਈ, ਆਈ ਈ, ਡਬਲ ਈ ਅਤੇ ਵਾਈ। ਜੇ ਸ਼ਬਦ ਦੇ ਅੰਤ ਵਿੱਚ ਸਾਰੇ ਅੱਖਰ ਆਉਣ ਤਾਂ ਜਿਹੜੀ ਐੱਸ ਦੀ ਆਵਾਜ਼ ਜੱਜੇ ਪਿਰ ਬਿੰਦੀ ਜ਼ ਵਾਲੀ ਹੋਵੇਗੀ।
ਆਪਾਂ ਇਹਦੇ ਸ਼ਬਦ ਅੱਗੇ ਕਰਦੇ ਹਾਂ। ਨੰਬਰ 1 ਤੇ ਟ੍ਰਾਈਬਸ ਕਬੀਲੇ, ਬੇਬੀਜ਼ ਬ੍ਰਾਈਬਸ। ਨੰਬਰ 2 ਤੇ ਟ੍ਰੀਜ਼ ਰੁੱਖ, ਬੀਜ ਟੋਫੀਜ਼। ਨੰਬਰ 3 ਤੇ ਬੈਗਸ ਥੈਲੇ, ਪਿਗਸ ਜੱਜਸ। ਨੰਬਰ 4 ਤੇ ਇਜ਼ਜ਼ ਯੁੱਗ, ਪਿਜ਼ਜ਼ ਫਿਰ ਸਿਜ਼ਜ਼। ਇਸ ਤੋਂ ਬਾਅਦ ਨੰਬਰ 5 ਤੇ ਐਗਸ ਅੰਡੇ। ਨੰਬਰ 6 ਤੇ ਲੇਡੀਜ਼ ਔਰਤਾਂ, ਸਿਟੀਜ਼ ਫਲਾਈਜ਼। ਨੰਬਰ 7 ਤੇ ਹੀਰੋਜ਼ ਨਾਇਕ, ਨੀਗਰੋਜ਼ ਬਫੈਲੋਜ਼। ਨੰਬਰ 8 ਤੇ ਟੁਆਇਜ਼ ਖਿਡੌਣੇ, ਬੋਆਇਜ਼ ਜੁਆਇਜ਼ ਅਤੇ ਵੇਜ਼। ਇਸ ਤੋਂ ਬਿਨਾਂ ਜਿਹੜੀ ਐੱਸ ਦੀ ਆਵਾਜ਼ ਆ, ਸੱਸੇ ਦੀ ਉਹ ਮੇਨ ਆਵਾਜ਼ ਹੈ, ਸਾਰੇ ਅੱਖਰਾਂ ਨਾਲ ਐੱਸ ਦਾ ਸੱਸਾ ਹੀ ਲੱਗਦਾ, ਅਤੇ ਇੱਕ ਐੱਸ ਐੱਚ ਦੀ ਆਵਾਜ਼ ਦੇ ਨਾਲ ਸੱਸੇ ਪੈਰ ਬਿੰਦੀ ਆ ਜਾਂਦੀ। ਜੇ ਐੱਚ ਲੱਗਾ ਹੋਵੇ ਤਾਂ ਸੱਸੇ ਪੈਰ ਬਿੰਦੀ ਆਉਂਦੀ ਹੈ। ਅੱਗੇ ਆਪਾਂ ਗੱਲ ਕਰਾਂਗੇ ਟੀ ਦੇ ਉਚਾਰਨ। ਟੀ ਦਾ ਪ੍ਰਮੁੱਖ ਉਚਾਰਨ ਟੈਂਕਾ ਹੁੰਦਾ ਹੈ, ਬਾਕੀ ਦੇ ਹੋਰ ਉਚਾਰਨ ਸੱਸੇ ਪੈਰ ਬਿੰਦੀ, ਚੱਚਾ, ਥੱਥਾ ਅਤੇ ਦੱਦਾ ਹਨ। ਨੰਬਰ 1 ਤੇ ਟੀ ਦਾ ਟੈਂਕਾ ਏ ਟੀ ਐਟ ਉੱਪਰ ਡਰਟੀ ਟੀ। ਨੰਬਰ 2 ਤੇ ਜੇ ਟੀ ਤੋਂ ਬਾਅਦ ਕਿਸੇ ਸ਼ਬਦ ਨਾਲ ਆਈ ਏ, ਆਈ ਓ, ਆਈ ਓ ਐਨ ਆਦਿ ਵਰਨ ਆਉਂਦਾ ਹੋਵੇ ਤਾਂ ਟੀ ਦੀ ਜਿਹੜੀ ਧੁਨੀ ਆ ਸੱਸੇ ਪੈਰ ਬਿੰਦੀ ਸ਼ ਹੋ ਜਾਂਦੀ ਹੈ। ਜਿਵੇਂ ਅਟੈਂਸ਼ਨ ਧਿਆਨ, ਇਨੀਸ਼ੀਅਲ ਹਸਤਾਕਰ, ਰੇਸ਼ੋ ਅਨੁਪਾਤ, ਪ੍ਰਮੋਸ਼ਨ। ਜੇ ਟੀ ਆਈ ਓ ਐਨ ਅਤੇ ਯੂ ਆਰ ਈ ਨਾਲ ਲੱਗਾ ਹੋਵੇ ਤਾਂ ਜਿਹੜੀ ਟੀ ਦੀ ਆਵਾਜ਼ ਉਹ ਚੱਚੇ ਦੀ ਆਵੇਗੀ। ਜਿਵੇਂ ਕੁਹਚਨ ਪ੍ਰਸ਼ਨ, ਮਤਲਬ ਨੇਚਰ ਕੁਦਰਤ। ਜੇਕਰ ਟੀ ਦੇ ਨਾਲ ਐੱਚ ਆਵੇ ਤਾਂ ਟੀ ਦੀ ਆਵਾਜ਼ ਦੱਦਾ ਜਾਂ ਥੱਥਾ ਹੋਵੇਗੀ। ਜਿਵੇਂ ਦੀਜ਼, ਏ, ਹੈਲਥ, ਥਿੰਕ, ਸੋਚਣਾ। ਅੱਗੇ ਐਕਸ ਦੇ ਉਚਾਰਨ ਦੇ ਵਿੱਚ ਅਕਸਰ ਇਕਸ ਏਕਸ, ਜ਼ੱਜ਼ੇ ਪੈਰ ਬਿੰਦੀ ਜ਼, ਜਾਂ ਗੱਗਾ ਜ਼ੱਜ਼ੇ ਪੈਰ ਬਿੰਦੀ ਗਜ਼ ਹੁੰਦਾ ਹੈ। ਜਿਵੇਂ ਨੰਬਰ 1 ਤੇ ਐਕਸਕਿਊਜ਼ ਬਹਾਨਾ, ਐਕਸਪੀਰੀਅੰਸ ਫਿਰ ਐਕਸਪੈਂਡ। ਨੰਬਰ 2 ਤੇ ਐਕਸ ਦਾ ਮਤਲਬ ਹੈਗਾ ਐਕਸਰੇ, ਸੂਖਮ ਕਿਰਨਾ, ਐਕਸਲਾਮੇਸ਼ਨ। ਨੰਬਰ 3 ਤੇ ਆ ਗਿਆ ਐਕਸ ਦਾ ਜ਼ੱਜ਼ੇ ਪੈਰ ਬਿੰਦੀ, ਜ਼ਾਈਲੋਫੋਨ ਇੱਕ ਯੰਤਰ ਦਾ ਨਾਮ। ਨੰਬਰ 4 ਤੇ ਐਕਸ ਦਾ ਮਤਲਬ ਗਜ਼, ਐਗਜ਼ਾਮੀਨੇਸ਼ਨ, ਪ੍ਰੀਖਿਆ, ਐਗਜ਼ੈਂਪਲ, ਐਗਜ਼ੈਕਟ। ਅੱਗੇ ਆਪਾਂ ਸਾਇਲੈਂਟ ਲੈਟਰ ਜਿਹੜੇ ਹੁੰਦੇ ਵਰਡ ਦੇ ਵਿੱਚ ਆਉਂਦੇ ਉਹਨਾਂ ਬਾਰੇ ਗੱਲ ਕਰਾਂਗੇ। ਨੰਬਰ 1 ਤੇ ਬੀ, ਬੀ ਕਦੋਂ ਸਾਇਲੈਂਟ ਹੁੰਦਾ? ਜਦੋਂ ਐੱਮ ਤੋਂ ਬਾਅਦ ਵਰਤਿਆ ਜਾਵੇ। ਜਿਵੇਂ ਕੌਮ, ਥੰਮ, ਅੰਗੂਠਾ, ਬੌਂਬ, ਡੰਬ। ਬੀ ਟੀ ਤੋਂ ਪਹਿਲਾਂ ਵਰਤਿਆ ਜਾਵੇ ਤਾਂ ਉਹ ਵੀ ਸਾਇਲੈਂਟ ਹੁੰਦਾ, ਜਿਵੇਂ ਡਾਊਟ, ਸ਼ੱਕ, ਡੇਟਰ, ਡੈਟ, ਡਾਊਟਫੁਲ। ਨੰਬਰ 2 ਤੇ ਆ ਗਿਆ ਸੀ, ਸੀ ਜੇ ਮਤਲਬ ਐੱਸ ਤੋਂ ਬਾਅਦ ਵਰਤਿਆ ਜਾਵੇ ਤਾਂ ਉਹ ਚੁੱਪ ਹੁੰਦਾ, ਜਿਵੇਂ ਸਾਇੰਸ, ਸੀਨ, ਸੈਂਟ। ਨੰਬਰ 3 ਤੇ ਡੀ ਜੀ ਤੋਂ ਪਹਿਲਾਂ ਵਰਤਿਆ ਜਾਵੇ ਤਾਂ ਉਹ ਚੁੱਪ ਹੁੰਦਾ, ਜਿਵੇਂ ਏਜ਼, ਕਿਨਾਰਾ, ਫਰਿੱਜ, ਬੈਜ, ਹੈਜ। 4 ਤੇ ਜੀ, ਜੀ ਐੱਨ ਤੋਂ ਪਹਿਲਾਂ ਵਰਤਿਆ ਜਾਵੇ ਤਾਂ ਉਹ ਚੁੱਪ ਹੁੰਦਾ, ਜਿਵੇਂ ਸਾਈਨ, ਰਿਜ਼ਾਈਨ, ਨੈੱਟ ਅਤੇ ਰੀਨ। ਐੱਚ ਵਾਵਲ ਤੋਂ ਪਹਿਲਾਂ ਵਰਤਿਆ ਜਾਵੇ ਤਾਂ ਉਹ ਸਾਇਲੈਂਟ ਹੁੰਦਾ, ਜਿਵੇਂ ਅਵਰ, ਘੰਟਾ ਅਤੇ ਓਨਰ। ਨੰਬਰ 6 ਤੇ ਜੀ ਐੱਚ, ਜੇ ਕਿਸੇ ਸ਼ਬਦ ਦੇ ਵਿੱਚ ਜੀ ਐੱਚ ਜਾਂ ਜੀ ਐੱਚ ਟੀ ਆਵੇ ਤਾਂ ਉਹ ਹਮੇਸ਼ਾ ਚੁੱਪ ਹੁੰਦਾ, ਜਿਵੇਂ ਕਿ ਆਪਾਂ ਹੁਣ ਅੱਗੇ ਗੱਲ ਕਰਦੇ ਸਾਈ, ਆ, ਬ੍ਰਾਈਟ, ਹਾਈ, ਥੋਟ, ਬੋ ਅਤੇ ਨਾਈਟ। ਨੰਬਰ 7 ਤੇ ਕੇ, ਕੇ ਜੇ ਐੱਨ ਤੋਂ ਪਹਿਲਾਂ ਆਵੇ ਤਾਂ ਉਹ ਸਾਇਲੈਂਟ ਹੁੰਦਾ, ਜਿਵੇਂ ਨਾਈਫ, ਚਾਕੂ, ਨੋਕ, ਨੋ ਅਤੇ ਨੀ। ਨੰਬਰ 8 ਤੇ ਐੱਲ, ਐੱਲ ਜੇ ਮਤਲਬ ਡੀ, ਐੱਫ, ਕੇ, ਐੱਮ ਤੋਂ ਪਹਿਲਾਂ ਆਵੇ ਤਾਂ ਉਹ ਐੱਲ ਹਮੇਸ਼ਾ ਚੁੱਪ ਹੁੰਦਾ, ਜਿਵੇਂ ਕਿ ਕਾਮ, ਸ਼ਾਂਤ ਮਤਲਬ ਫੋਕ, ਹਾਫ, ਵੁੱਡ ਅਤੇ ਟਾਕ। ਨੰਬਰ 9 ਤੇ ਐੱਨ, ਐੱਨ ਜੇ ਐੱਮ ਤੋਂ ਬਾਅਦ ਆਵੇ ਤਾਂ ਉਹ ਚੁੱਪ ਹੁੰਦਾ, ਜਿਵੇਂ ਆਟਮ, ਪਤਝੜ, ਸੋਲਮ ਅਤੇ ਹਾਈਮਨ। ਨੰਬਰ 10 ਤੇ ਪੀ, ਪੀ ਜੇ ਐੱਸ ਜਾਂ ਐੱਨ ਤੋਂ ਪਹਿਲਾਂ ਆਵੇ ਤਾਂ ਉਹ ਸਾਇਲੈਂਟ ਹੁੰਦਾ, ਜਿਵੇਂ ਨਮੋਨੀਆ, ਸਾਈਕੋਲੋਜੀ। ਨੰਬਰ 11 ਤੇ ਕਿਊ, ਕਿਊ ਕਦੇ ਇਕੱਲਾ ਪ੍ਰਯੋਗ ਨਹੀਂ ਹੁੰਦਾ, ਉਹ ਯੂ ਦੇ ਨਾਲ ਹੀ ਪ੍ਰਯੋਗ ਹੁੰਦਾ ਹੈ। ਜਦੋਂ ਕਿਊ ਅਤੇ ਯੂ ਦੀ ਆਵਾਜ਼ ਆਉਣ ਦਿੰਦਾ ਤਾਂ ਉਹ ਕਵ ਦੀ ਆਵਾਜ਼ ਦਿੰਦਾ ਹੈ, ਜਿਵੇਂ ਕਿ ਕੁਇਕ, ਤੇਜ਼, ਕਵੀਨ, ਕੁਇਟ ਅਤੇ ਕੁਇਲਟ। ਜੇਕਰ ਕਿਸੇ ਸ਼ਬਦ ਵਿੱਚ ਆਈ ਅਤੇ ਐੱਲ ਦੇ ਵਿਚਕਾਰ ਐੱਸ ਆਵੇ ਤਾਂ ਐੱਸ ਜਿਹੜਾ ਉਹ ਹਮੇਸ਼ਾ ਚੁੱਪ ਹੁੰਦਾ, ਜਿਵੇਂ ਆਈਲੈਂਡ, ਦੀਪ, ਆਇਲ, ਟਾਪੂ। ਨੰਬਰ 13 ਤੇ ਟੀ, ਟੀ ਮਤਲਬ ਜੇ ਸੀ ਐੱਚ ਜਾਂ ਟੀ ਈ ਐੱਨ ਤੋਂ ਬਾਅਦ ਆਵੇ ਤਾਂ ਉਹ ਹਮੇਸ਼ਾ ਸਾਇਲੈਂਟ ਹੁੰਦਾ, ਜਿਵੇਂ ਕੈਚ, ਪਕੜਨਾ, ਲਿਸਨ, ਬੈਚ ਅਤੇ ਔਫਰ। ਨੰਬਰ 14 ਤੇ ਯੂ, ਸ਼ਬਦ ਦੇ ਅੰਤ ਵਿੱਚ ਯੂ ਜੀ ਐੱਚ ਜਾਂ ਯੂ ਜੀ ਐੱਚ ਟੀ ਆਵੇ
ਤਾਂ ਯੂ ਅਕਸਰ ਚੁੱਪ ਹੁੰਦਾ ਹੈ ਕਿ ਲਾਫ ਹੱਸਣਾ ਬਾਟ ਖਰੀਦਿਆ। ਨੰਬਰ 2 ਤੇ ਸ਼ਬਦ ਦੇ ਅੰਤ ਵਿੱਚ ਜੀ ਯੂ ਈ ਵਿੱਚ ਅਕਸਰ ਯੂ ਜਿਹੜਾ ਉਹ ਸ਼ਾਂਤ ਹੁੰਦਾ ਹੈ, ਜਿਵੇਂ ਕਿ ਟੰਗ ਅਤੇ ਪਲੇਗ। ਜੀ ਅਤੇ ਕਿਸੇ ਵਾਵਲ ਦੇ ਵਿਚਕਾਰ ਪ੍ਰਯੋਗ ਕੀਤਾ ਗਿਆ ਯੂ ਸਾਇਲੈਂਟ ਹੁੰਦਾ ਹੈ, ਜਿਵੇਂ ਕਿ ਗਾਰਡ, ਚੌਂਕੀਦਾਰ ਅਤੇ ਗੈਸਟ। 15 ਨੰਬਰ 'ਤੇ ਡਬਲਯੂ ਬਾਰੇ ਗੱਲ ਕਰਦੇ ਹਾਂ। ਡਬਲਯੂ ਜਦੋਂ ਵੀ ਆਰ ਦੇ ਨਾਲ ਆਉਂਦਾ ਤਾਂ ਉਹ ਹਮੇਸ਼ਾ ਸਾਇਲੈਂਟ ਹੁੰਦਾ, ਜਿਵੇਂ ਰੋਂਗ, ਗਲਤ, ਰੈਥ, ਰਿੰਗ। ਇਸ ਤੋਂ ਬਾਅਦ ਜੇ ਡਬਲਯੂ ਆਉਂਦਾ ਤਾਂ ਵੀ ਉਹ ਚੁੱਪ ਹੁੰਦਾ, ਜਿਵੇਂ ਆਂਸਰ, ਸੌਡ। ਸਾਥੀਓ, ਇਹ ਸੀ ਕੰਸੋਨੈਂਟ ਦੇ ਉਚਾਰਨ। ਅਤੇ ਦੂਸਰੇ ਨੰਬਰ 'ਤੇ ਜਿਹੜੇ ਸਾਇਲੈਂਟ ਲੈਟਰ ਹੁੰਦੇ ਆ, ਆਪਾਂ ਉਹਨਾਂ ਬਾਰੇ ਗੱਲ ਕੀਤੀ। ਸਾਥੀਓ, ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਆ, ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ। ਧੰਨਵਾਦ ਸਾਥੀਓ, ਮਿਲਦੇ ਹਾਂ ਅੱਗੇ ਨਵੇਂ ਵੀਡੀਓ।